ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੁਲਿਸ ਮੁਲਾਜ਼ਮਾਂ ਦਾ ਕੰਮ ਲੋਕਾਂ ਨੂੰ ਸਹੀ ਰਾਹ ਦਿਖਾਉਣਾ ਅਤੇ ਲੜਾਈ ਝਗੜੇ ਤੋਂ ਦੂਰ ਰੱਖਣਾ ਹੈ, ਪਰ ਜਲੰਧਰ ਦੇ ਬਸ਼ੀਰਪੁਰੇ ਵਿੱਚ ਅੱਜ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਰਾਹ ਜਾਂਦੇ ਨੌਜਵਾਨ ਜਿਸ ਦਾ ਨਾਂ ਰਾਜੂ ਹੈ ਉਸ ਨੂੰ ਰੋਕ ਕੇ ਉਸ ਦੇ ਸਿਰ ਤੇ ਡਾਂਗ ਮਾਰ ਦਿੱਤੀ। ਰਾਜੂ ਦਾ ਕਹਿਣਾ ਹੈ ਕਿ ਬਸ਼ੀਰਪੁਰੇ ਫਾਟਕ ਤੋਂ ਲੰਘਦੇ ਹੋਏ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਸ ਦੀ ਬਾਂਹ ਫੜ ਲਈ, ਜਿਸ ਨਾਲ ਉਹ ਥੱਲੇ ਡਿੱਗ ਗਿਆ ਅਤੇ ਫਿਰ ਉਸ ਦੇ ਸਿਰ ਤੇ ਡਾਂਗ ਮਾਰ ਦਿੱਤੀ। ਨਾਮ ਜੀ ਆਪਣਾ ਰਾਜੂ ਜੀ। ਰਾਜੂ ਕੀ ਹੋਇਆ ਇੱਥੇ, ਪੂਰਾ ਮੈਟਰ ਦੱਸੋਗੇ ਕੀ ਗੱਲ? ਭਾਈ ਇੱਦਾਂ ਸਿੱਧਾ ਜਾ ਰਹੇ ਸੀਗੇ, ਉਹਨੂੰ ਸਾਹਮਣੇ ਜਦੋਂ ਹਾਂ ਦਿੱਤਾ ਉਦੋਂ ਅਸੀਂ ਰੋਕਣ ਲੱਗੇ, ਫਿਰ ਪਰਾ ਦਾ ਹੱਥ ਪਕੜ ਕੇ ਖਿੱਚਿਆ, ਉਸ ਤੋਂ ਬਾਅਦ ਮੁਲਾਜ਼ਮ ਨੇ ਆ ਕੇ ਸਾਡੇ ਡਾਂਗ ਸਿੱਧਾ ਹੀ ਮਾਰਤੀ। ਕਿੱਧਰ ਜਾ ਕਿੱਧਰ ਜਾ ਰਹੇ ਸੀ? ਜਾ ਰਹੇ ਗੁਰੂ ਨਾਨਕ ਬਸ਼ੀਰਪੁਰਾ ਫਾਟਕ ਵੱਲੋਂ ਜਾ ਰਹੇ ਸੀ ਭਾਈ। ਕਿੱਧਰ ਜਾ ਰਹੇ ਸੀ? ਅਸੀਂ ਇੱਧਰ ਜਾ ਰਹੇ ਗੁਰੂ ਨਾਨਕਪੁਰੇ ਭਾਈ। ਉੱਥੇ ਬਹਿਣ ਰਹਿੰਦੀ ਸੀ, ਉਹਦੇ ਪੈਸੇ ਦਾ ਕੋਈ ਅਰੇਂਜਮੈਂਟ ਕਰਨਾ ਸੀ, ਬੰਦਾ ਸਾਡਾ ਐਡਮਿਟ ਸੀਗਾ ਸਿਵਲ 'ਚ, ਅਸੀਂ ਐਮਰਜੈਂਸੀ ਦੇ ਸੀਗੇ ਭਾਈ, ਸਿੱਧੇ ਡਾਂਗ ਮਾਰਤੀ ਮੇਰੇ ਸਿਰ 'ਤੇ ਡਾਂਗ ਮਾਰੀ, ਸਿਰ 'ਤੇ ਡਾਂਗ ਮਾਰੀ ਸਿੱਧੇ ਭਾਈ। ਅੱਜ ਖੜੀਆਂ ਬਹਿਣ ਹੈ ਭਾਈਆਂ ਸਾਡੇ ਖੜੇ ਇੱਥੇ, ਜਦੋਂ ਹੋਇਆ ਹਾਦਸਾ ਤੁਸੀਂ ਕੋਲ ਸੀ? ਹਾਂਜੀ ਨਹੀਂ, ਅਸੀਂ ਉੱਥੇ ਸਾਹਮਣੇ ਖੜੇ ਤੇ ਦੇਖੀ ਸੀ। ਕੀ ਦੇਖਿਆ, ਕੀ ਹੋਇਆ ਇੱਥੇ? ਮੈਂ ਦੇਖਿਆ ਸਰ ਕਿ ਪਹਿਲੇ ਡਿੱਗ ਗਿਆ, ਇਸਕੋ ਡਿਗਾ ਦਿਆ, ਉਸਕੇ ਬਾਅਦ ਫਿਰ ਡਾਂਗ ਮਾਰੇ। ਦੂਜੇ ਪਾਸੇ ਪੁਲਿਸ ਮੁਲਾਜ਼ਮ ਇਸ ਗੱਲ ਤੋਂ ਸਾਫ਼ ਹੀ ਮੁੱਕਰ ਗਿਆ, ਪਰ ਉੱਥੇ ਮੌਜੂਦ ਚਸ਼ਮਦੀਦ ਗਵਾਹ ਦਾ ਵੀ ਇਹੀ ਕਹਿਣਾ ਹੈ ਕਿ ਮੁਲਾਜ਼ਮ ਨੇ ਹੀ ਡਾਂਗ ਮਾਰੀ ਹੈ। ਕੀ ਨਾਮ ਆਪਣਾ? ਬਲਜੀਤ ਸਿੰਘ। ਬਲਜੀਤ ਸਿੰਘ, ਹਾਂਜੀ, ਪੂਰਾ ਹਾਦਸਾ ਦੱਸੋ ਕੀ ਹੋਇਆ? ਇਹ ਸਾਰੇ ਰੋਕਿਆ ਸੀਗਾ, ਹਾਂਜੀ ਰੋਕਿਆ ਸੀਗਾ, ਇਹ ਭੱਜ ਗਿਆ, ਇੱਕ ਇੱਧਰ ਮੁਲਾਜ਼ਮ ਖੜਾ, ਇੱਕ ਇੱਧਰ ਖੜਾ ਸੀ, ਇਹਨਾਂ ਦਾ ਮੋਟਰਸਲਿਪ ਕੀਤਾ, ਉਹਦੇ ਨਾ ਗੋਡੇ ਛਿੱਲ ਹੋਏ ਆ, ਦੂਜੇ ਜਿਹੜਾ ਚਲਾਉਂਦਾ ਸੀ ਮੁਹਰੇ ਉਹਦਾ ਸਿਰ ਵੱਜਾ ਥੱਲੇ। ਠੀਕ ਆ, ਚਸ਼ਮਿਦ ਗਵਾਹ ਵੀ ਕਹਿ ਰਹੇ ਨੇ ਕਿ ਤੁਸੀਂ ਡਾਂਗ ਮਾਰੀ, ਤੁਹਾਡੇ ਮੁਲਾਜ਼ਮ ਨੇ ਕਿਸੇ ਨੇ ਕੋਈ ਡਾਂਗ, ਤੁਹਾਡੇ ਕਿਸੇ ਮੁਲਾਜ਼ਮ, ਇਹ ਮੈਨੂੰ ਕਹਿੰਦੇ ਡਾਂਗ ਮੈਂ ਮਾਰੀ ਆ, ਮੇਰੇ ਹੱਥ ਪੈਨ ਆ ਡਾਂਗ ਮਾਰੀ ਸਰ ਤੇ। ਠੀਕ ਆ, ਇਹ ਸਲਿਪ ਕੀਤਾ, ਮੋਟਰਸਾਈਕਲ ਡੱਕੇ ਭੱਜੇ, ਇਹਦੇ ਗੋਡੇ ਛੱਲੋ, ਦੇਖ ਲਓ ਇਹਦੇ ਗੋਡੇ, ਦੇਖ ਲਓ ਆਪ, ਦੇਖ ਲਓ ਤੁਸੀਂ ਚੈੱਕ ਕਰ ਲਓ। ਰਾਜੂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਡਾਂਗ ਮਾਰ ਕੇ ਮੁੱਕਰ ਗਏ ਹਨ, ਕੱਲ੍ਹ ਨੂੰ ਗੋਲੀ ਮਾਰ ਕੇ ਵੀ ਮੁੱਕਰ ਸਕਦੇ ਹਨ। ਪੁਲਿਸ ਮੁਲਾਜ਼ਮਾਂ ਨੂੰ ਚਾਹੀਦਾ ਹੈ ਕਿ ਨਾਕੇ ਤੇ ਰੋਕਣ ਵਾਲਿਆਂ ਦੀ ਤਰੀਕੇ ਨਾਲ ਜਾਂਚ ਕੀਤੀ ਜਾਵੇ, ਨਾ ਕਿ ਉਹਨਾਂ ਨੂੰ ਡਰਾਇਆ ਜਾਵੇ। ਡਾਂਗ ਮਾਰੋ, ਏਦਾਂ ਤੁਸੀਂ ਅੱਜ ਡਾਂਗ ਮਾਰੀ, ਕੱਲ੍ਹ ਤੁਸੀਂ ਗੋਲੀ ਨਾਲ, ਤੁਸੀਂ ਕਹਿੰਦੇ ਤੁਸੀਂ ਕਿਹੜਾ ਬੰਦਾ ਮਾਰਿਆ ਸੀ, ਅਜੇ ਤਾਂ ਕੁਛ ਕੀਤਾ ਹੀ ਨਹੀਂ ਇੱਥੇ, ਏਦਾਂ ਤਾਂ ਨਹੀਂ ਹੋ ਸਕਦਾ, ਨਾਕਾ ਲਾਣਾ ਨਾਕੇ ਤਾਰਾ ਰਾਓ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।